ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚੈਨਲ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ। ਚਾਈਨਾ ਡੋਰ ਜਾਣੀ ਕਿ ਜਾਨਲੇਵਾ ਪਸ਼ੂਆਂ ਪੰਛੀਆਂ ਅਤੇ ਆਮ ਆਦਮੀਆਂ ਦੇ ਲਈ ਵੀ ਇਹ ਖਤਰਨਾਕ ਹੁੰਦੀ ਨਜ਼ਰ ਆ ਰਹੀ ਹੈ। ਬਟਾਲਾ ਵਿੱਚ ਵੀ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਸਲਾਹ ਦਿੱਤੀ ਕਿ ਜਿਹੜੀ ਚਾਈਨਾ ਡੋਰ ਹੈ ਇਸ ਨੂੰ ਨਾ ਵਰਤਿਆ ਜਾਵੇ ਕਿਉਂਕਿ ਇਹ ਘਾਤਕ ਹੈ। ਇਸ ਮਾਰਚ ਜਿਹੜਾ ਬਟਾਲਾ ਵਿੱਚ ਕੱਢਿਆ ਗਿਆ ਵਿਦਿਆਰਥੀਆਂ ਵੱਲੋਂ ਨਾਲ ਲੋਕਾਂ ਨੂੰ ਗੁਹਾਰ ਸੀ ਕਿ ਚਾਈਨਾ ਡੋਰ ਜਾਨਲੇਵਾ ਸਾਬਿਤ ਹੁੰਦੀ ਹੈ, ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ 'ਤੇ ਪ੍ਰਿੰਸੀਪਲ, ਨਾਇਬ ਤਹਿਸੀਲਦਾਰ ਅਤੇ ਵਿਦਿਆਰਥੀਆਂ ਦਾ ਕੀ ਕਹਿਣਾ ਹੈ, ਆਪ ਹੀ ਸੁਣ ਲਓ ਕੀ ਕਹਿੰਦੇ ਨੇ ਉਹ ਜਾਗਰੂਕਤਾ ਕਰਦੇ ਹੋਏ। ਸਰ, ਇਹਦਾ ਮਤਲਬ ਸਾਡਾ ਇਹੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਏ, ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰੇ ਅੱਜ ਕੱਲ੍ਹ ਚਾਈਨਾ ਡੋਰ ਦਾ ਬਹੁਤ ਇਫੈਕਟ ਪੈਂਦਾ ਆ ਲੋਕਾਂ ਦੀ, ਬਹੁਤ ਸਾਰੇ ਜਿੰਨੀਆਂ ਵੀ ਸੜਕ ਦੁਰਘਟਨਾਵਾਂ ਹੁੰਦੀਆਂ ਵਾ ਜਾਂ ਵੈਸੇ ਵੀ ਅਸੀਂ ਪਿੰਡਾਂ ਵਿੱਚ ਵੇਖਦੇ ਹਾਂ ਲੋਕ ਡੋਰ ਨਾਲ ਹੀ ਮਰੀ ਜਾ ਰਹੇ ਆ। ਇਸ ਤੋਂ ਇਲਾਵਾ ਜਿਹੜੇ ਸਾਡੇ ਪੰਛੀ ਸੀ ਉਹ ਵੀ ਡੋਰ ਨਾਲ ਮਰੀ ਜਾ ਰਹੇ ਆ, ਅਤੇ ਸਾਨੂੰ ਇਹ ਆ ਕਿ ਮਤਲਬ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਜੋ ਚਾਈਨਾ ਡੋਰ ਦੇ ਪ੍ਰਭਾਵ ਨੂੰ ਘਟਾ ਕੇ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇ, ਅਤੇ ਨਾਲੇ ਸਾਡੇ ਜਿਹੜੇ ਪੰਛੀ ਆ ਜਿਨ੍ਹਾਂ ਦੀ ਦਿਨੋਂ ਦਿਨ ਮਤਲਬ ਜਿਹੜੀ ਗਿਣਤੀ ਉਹ ਘੱਟਦੀ ਜਾ ਰਹੀ ਆ ਉਹ ਵੀ ਮਤਲਬ ਉਹਨੂੰ ਵੀ ਬਰਕਰਾਰ ਰੱਖਿਆ ਨਾ ਜਾ ਸਕੇ। ਇਸ ਲਈ ਮੈਂ ਕਹਿੰਦੀ ਹਾਂ ਕਿ ਲੋਕ ਘੱਟ ਤੋਂ ਘੱਟ ਚਾਈਨਾ ਡੋਰ ਦਾ ਉਪਯੋਗ ਕਰਨ। ਥੈਂਕ ਯੂ। ਸਰ, ਮੇਰਾ ਨਾਮ ਪ੍ਰੀਤੀ ਗਿੱਲ ਆ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ SL ਬਾਵਾ DAV ਕਾਲਜ ਦੇ ਸਟੂਡੈਂਟਸ ਹਾਂ ਜਿਹੜੇ ਕਿ ਅੱਜ NSS ਦੇ ਰਿਗਾਰਡਿੰਗ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਹੋਇਆ ਵਾ, ਅਤੇ ਸਾਡਾ ਇੱਕ ਕਾਲਜ ਦੌਰਾਨ ਕੈਂਪ ਲੱਗਦਾ ਪਿਆ ਆ। ਕੈਂਪ ਦੇ ਵਿੱਚ ਅਸੀਂ ਬਹੁਤ ਕੁਝ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਸਿੱਖਦੇ ਹਾਂ, ਅਤੇ ਅਸੀਂ ਸੋਸ਼ਲ ਸਰਵਿਸ ਦੇ ਕੰਮ ਕਰਦੇ ਹਾਂ। ਜਿਵੇਂ ਸਾਡੇ NSS ਦੇ ਲੋਗੋ ਦੇ ਵਿੱਚ 8 ਤਿਲੀਆਂ ਬਣੀਆਂ ਹੋਈਆਂ ਵਾ, ਇਹਦਾ ਮਤਲਬ ਇਹ ਆ ਕਿ NSS ਦੇ ਵਲੰਟੀਅਰ ਜਿਹੜੇ ਆ ਉਹ 8 ਪਹਿਰ ਹੀ ਹਮੇਸ਼ਾ ਹਰ ਪਲ ਆਪਣੇ ਸਮਾਜ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ, ਅਤੇ ਉਹ ਕੋਈ ਵੀ ਹੋਵੇ ਇੱਦਾਂ ਦੀ ਅਵੇਅਰਨੈਸ ਲੋਕਾਂ ਨੂੰ ਜਾਗਰੂਕ ਕਰਦੇ ਆ। ਜਿਵੇਂ ਕਿ ਅੱਜ ਸਾਡਾ ਮੁੱਦਾ ਆ ਚਾਈਨਾ ਡੋਰ ਦੇ ਖਿਲਾਫ਼ ਅਵੇਅਰਨੈਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਜਿਵੇਂ ਇਹ ਚਾਈਨਾ ਡੋਰਾਂ ਦੇ ਪ੍ਰਭਾਵ ਵੱਧ ਰਹੇ ਆ। ਹੁਣ ਲੋਹੜੀ ਦਾ ਸੀਜ਼ਨ ਆ ਰਿਹਾ ਵਾ ਅਤੇ ਹਰ ਕੋਈ ਇਹ ਚਾਈਨਾ ਡੋਰ ਦਾ ਯੂਜ਼ ਕਰੇਗਾ, ਅਤੇ ਇਹੀ ਜਦੋਂ ਇਹਦੇ ਚਾਈਨਾ ਡੋਰ ਦੇ ਗੁੱਛੇ ਆਪਣੀਆਂ ਤਾਰਾਂ ਦੇ ਉੱਪਰ ਅਟਕੇ ਰਹਿ ਜਾਂਦੇ ਆ, ਪੰਛੀ ਉਹਦੇ ਵਿੱਚ ਫਸ ਜਾਂਦੇ, ਇਹਨਾਂ ਦੇ ਖੰਭ ਕੱਟੇ ਜਾਂਦੇ ਆ, ਅਤੇ ਟਾਇਰ ਦੇ ਵਿੱਚ ਜਦੋਂ ਕਿਸੇ ਦੇ ਵਾਹਨ ਦੇ ਵਿੱਚ ਡੋਰ ਫਸ ਜਾਂਦੀ ਆ ਅਤੇ ਉਹ ਵੀ ਕਿੱਦਾਂ ਦੁਰਘਟਨਾ ਹੁੰਦੀਆਂ ਵਾ ਤਰ੍ਹਾਂ ਤਰ੍ਹਾਂ ਦੀਆਂ। ਦੈਨ ਉਸ ਤੋਂ ਬਾਅਦ ਆ ਕਿ ਸਰਕਾਰ ਨੂੰ ਵੀ ਚਾਹੀਦਾ ਵਾ ਇਹਦੇ ਵਿੱਚ ਕਿ ਜਿੱਦਾਂ ਖੁੱਲ੍ਹੇ ਆਮ ਡੋਰਾਂ ਵਿਕਦੀਆਂ ਪਈਆਂ ਵਾ ਉਹਦੇ ਉੱਤੇ ਬੈਨ ਲਗਾਇਆ ਜਾਏ, ਤਾਂ ਜਾਂ ਜੇ ਕਿਸੇ ਨੇ ਇੰਜੋਏ ਕਰਨਾ ਵੀ ਆ ਲੋਹੜੀ ਦੇ ਦੌਰਾਨ ਅਤੇ ਉਹ ਦੂਸਰੀ ਜਿਹੜੀ ਸਿੰਪਲ ਪਹਿਲਾਂ ਕੱਚੀਆਂ ਡੋਰਾਂ ਦਾ ਨਾਲ ਯੂਜ਼ ਕੀਤਾ ਜਾਂਦਾ ਸੀ, ਗੁੱਡੀਆਂ ਚੜ੍ਹਾਈਆਂ ਜਾਂਦੀਆਂ ਸੀ, ਉਵੇਂ ਹੀ ਕੀਤਾ ਜਾਵੇ। ਸਰ, ਜਿੱਦਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਲੋਹੜੀ ਦਾ ਪਰਵ ਜਿਹੜਾ ਬਿਲਕੁਲ ਨਜ਼ਦੀਕ ਆ ਗਿਆ, ਅਤੇ ਬਟਾਲਾ ਨਿਵਾਸੀਆਂ ਦੀ ਪਹਿਲੀ ਪਸੰਦ ਆ ਕਿ ਗੁੱਡੀਆਂ ਚੜ੍ਹਾਉਣੀਆਂ ਨੇ ਆਪਾਂ, ਅਤੇ ਉਹਦੇ ਲਈ ਸਾਰਿਆਂ ਨੂੰ ਇਹ ਅਪੀਲ ਕਰਨ ਦੇ ਲਈ ਕਿ ਚਾਈਨਾ ਡੋਰ ਨਾ ਵਰਤੀ ਜਾਏ, ਜਿਹੜੀ ਕਿ ਸਾਡੇ ਪੰਛੀਆਂ ਦੇ ਲਈ, ਈਵਨ ਸਾਡੇ ਇਨਸਾਨਾਂ ਦੇ ਲਈ ਵੀ ਬੜੀ ਜਾਨਲੇਵਾ ਹੁੰਦੀ ਹੈ, ਜਾਨ ਮਾਰੂ ਹੁੰਦੀ ਹੈ। ਉਹਨੂੰ ਲੋਕਾਂ ਨੂੰ ਉਹਦੇ ਲਈ ਜਾਗਰੂਕ ਕਰਨ ਦੇ ਲਈ SL ਬਾਵਾ DAV ਕਾਲਜ ਦੇ NSS ਵਿਭਾਗ ਵੱਲੋਂ ਅਤੇ ਸਹਾਰਾ ਕਲੱਬ ਵੱਲੋਂ ਅਤੇ ਨੈਸ਼ਨਲ ਡਿਫੈਂਸ ਹੋਣਾ ਵੱਲੋਂ ਮਿਲ ਕੇ ਜਿਹੜਾ ਉਪਰਾਲਾ ਕੀਤਾ ਗਿਆ, ਇਹਦੀ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ, ਅਤੇ ਬਟਾਲਾ ਦੇ ਸਮੂਹ ਨੌਜਵਾਨ ਵਰਗ ਨੂੰ ਇਹ ਅਪੀਲ ਕਰਦਾ ਕਿ ਆਪਾਂ ਚਾਈਨਾ ਡੋਰ ਦੀ ਵਰਤੋਂ ਛੱਡ ਕੇ ਆਪਣੀ ਜਿਹੜੀ ਟ੍ਰੈਡੀਸ਼ਨਲ ਡੋਰ ਹੈ ਉਹ ਯੂਜ਼ ਕਰੀਏ, ਅਤੇ ਆਪਣਾ ਬਟਾਲਾ ਦਾ ਵਿੱਚ ਜਿਹੜਾ ਅਸੀਂ ਲੋਹੜੀ ਮਨਾਉਣੀ ਹੈ, ਜਿਹੜੀ ਅਸੀਂ ਗੁੱਡੀਆਂ ਚੜ੍ਹਾਉਣੀਆਂ ਨੇ, ਉਹਦੇ ਵਿੱਚ ਆਪਾਂ ਪੁਰਾਣੀ ਤਰ੍ਹਾਂ ਦੀ ਡੋਰ ਵਰਤੀ ਹੈ। ਬਹੁਤ ਬਹੁਤ ਧੰਨਵਾਦ। ਅੱਜ ਦੀ ਰੈਲੀ ਜਿਹੜੀ ਆ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਨੂੰ ਰੋਕਣ ਲਈ, ਜਿਹੜੀ ਕਿ ਬਹੁਤ ਖਤਰਨਾਕ ਡੋਰ ਆ, ਇਹਨੂੰ ਰੋਕਣ ਲਈ ਹਰ ਹੀਲੇ ਇਹਨੂੰ ਬੰਦ ਕਰਾਉਣ ਲਈ ਵਰਤੇ ਜਾ ਰਹੇ ਆ। ਅੱਜ ਸਹਾਰਾ ਕਲੱਬ ਵੱਲੋਂ ਆਪਣੇ ਫੰਸ ਅਤੇ SL ਬਾਵਾ ਕਾਲਜ ਵਿਖੇ NSS ਕੈਂਪ ਜਿਹੜਾ ਲੱਗਾ, ਜਿਹ 'ਚ ਸਟੂਡੈਂਟ ਕਾਲਜ ਦੇ ਸਟੂਡੈਂਟ ਆ ਉਹ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ ਹਨ। ਇਹ ਵੀ ਚਾਈਨਾ ਡੋਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕਤਾ ਕਰਨਗੇ। ਅਸੀਂ ਵੀ ਦੁਕਾਨਾਂ ਚੈੱਕ ਕਰ ਰਹੇ, ਜਿਹੜੇ ਕਾਰਡ ਵੇਚਦੇ ਆ ਉਹਨਾਂ ਕੋਲ ਜਿਹੜੀਆਂ ਡੋਰਾਂ ਅਸੀਂ ਉਹ ਜ਼ਬਤ ਕਰਨ ਵਾਸਤੇ ਕਹਿੰਦੇ ਹਾਂ। ਅਸੀਂ ਸਾਰੇ ਬੱਚਿਆਂ ਨੂੰ ਵੀ ਕਹਿੰਦੇ ਹਾਂ ਵੀ ਜਿਹੜਾ ਕੋਈ ਚਾਈਨਾ ਡੋਰ ਹੈਗੀ ਆ ਉਹ ਆਪਣੇ ਪ੍ਰਸ਼ਾਸਨ ਕੋਲ ਆਣ ਕੇ ਚੇਂਜ ਕਰਾ ਕੇ ਸੂਤੀ ਡੋਰ ਵਰਤਣ। ਅਤੇ ਜਿਹੜੀ ਚਾਈਨਾ ਡੋਰ ਹੈ ਮਨੁੱਖ ਲਈ, ਮਨੁੱਖਤਾ ਲਈ, ਜਾਨਵਰਾਂ ਲਈ, ਪੰਛੀਆਂ ਲਈ ਬਹੁਤ ਘਾਤਕ ਆ। ਇਹ ਚਾਈਨਾ ਡੋਰ ਬੰਦ ਕੀਤੀ ਜਾ ਰਹੀ ਹੈ ਜੀ।